ਦੂਜੇ ਦੋਸਤੋਂ ਮੁਹੰਮਦ ਕਾਸਮ ਦੇ ਨੁਕਰੀ ਘੋੜੀ, ਨੁਕਰੀ ਘੋੜੀ ਚੈੱਕ ਕਰ ਲੈਣੀ ਆ ਸੱਜਣਾ, ਉੱਥੇ ਕਣਕ ਨੋਤੇ ਆਪੇ ਮਗਰੋਂ ਖਲਾ ਰਹੋ ਤੇ ਦਿਸ਼ਾਈ ਦੂਏ ਮਾਵੇਂ ਬੱਚੇ ਹੇਠ ਵਜੇ ਰਹੇ ਜਾਂ ਸੀਨਾ ਗੋੜੀ ਦਾ ਤੇਰੀ ਤਾਂ ਦੇਲੇ ਪੇ ਲਾਤ ਲੱਗੇ ਨਾ ਮੇਰਾ ਤਾਂ ਹੁੰਦਾ ਇਹ ਆਈ ਤੂੰ ਵੇਖ ਆ ਆਈ ਤੂੰ ਵੇਖ ਸੀਨਾ ਗੋੜੀ ਦਾ ਪੁੱਠਾ ਗੋੜੀ ਦਾ ਚੈੱਕ ਕਰਾ ਸੋਮ ਗਾਮ ਚ ਆਈ ਤੂੰ ਵੇਖ ਜੋੜ ਮੁੱਠੇ ਪੁੱਠਾ ਗੋੜੀ ਦਾ ਚੈੱਕ ਕਰਾ ਐਡੀ ਸ਼ਰਾਫਤ ਦੀ ਘੋੜੀ ਮੈਂ ਨਹੀਂ ਵੇਖੀ ਹੁਣ ਮਗਰ ਇੱਥੇ ਖਲੋਤਾ ਰਹੀ ਵੇਖ ਲਾ ਖਲੋਤਾ ਨਹੀਂ ਮੈਨੂੰ ਲਾਚ ਮਾਰੇ ਘੋੜੀ ਤਾਂ ਖਲੀ ਹੈ ਹੁਣ ਬਾਜ ਕੇ ਛਾਲ ਮਾਰ ਯਾਰ ਦੇ ਕਾਮਯਾਬੀ ਕਰੰਟ ਤਾਂ ਤੇਰੇ ਵੀ ਪੂਰੇ ਹਾਂਜੀ ਦੋਸਤੋ ਗੋੜੀ ਦੀ ਚੜੀ ਚੈੱਕ ਕਰਨੀ ਹੈ ਜੀ ਮੁਹੰਮਦ ਕਾਸਮ ਦੀ ਗੋੜੀ ਚੜੀ ਚੱਕ ਹੋ ਗਈ ਹੁਣ ਗੋੜੀ ਦੀ ਚੜੀ ਚੱਕ ਕਰਾ ਗੋੜੀ ਦੀ ਆ ਬਚੀ ਆ ਟੋਰੇ ਵਾਲੀ ਗੋੜੀ ਆ ਵੇ ਪਰ ਉਹ ਨਾਲਾਂ ਕੋਲ ਵੇਲਣਾ ਵੀ ਪੁੱਛੀ ਆਵੀ ਮਾਸ਼ਾਅੱਲਾ ਚੜੀ ਦੀ ਸਾਫ਼ ਹੈ ਗੋੜੀ ਮੌਸਮ ਅੱਜ ਬਹੁਤ ਖਰਾਬ ਹੈ ਤੇ ਲਾਈਟ ਬਿਲਕੁਲ ਥੋੜੀ ਹੈ ਹੁਣ ਹੋਰ ਕੋਈ ਚੱਕਰ ਦਿਵਾਉਣੇ ਬਸ ਜੀ ਬਸ ਇਹ ਜੀ ਡਿਟੇਲ ਦੱਸ ਹੁਣ ਇਹਦੀ ਹੱਥਾਂ ਪੈਰਾਂ ਨਜ਼ਰ ਵਗ ਗਈ ਚੜੀ ਚੈੱਕ ਹੋ ਗਈ ਇਹੋ ਕੁਝ ਹੁੰਦਾ ਜੀ ਬਾਕੀ ਮੌਕੇ ਦੀ ਤਸੱਲੀ ਤਾਂ ਅਸੀਂ ਆਪ ਦੋਸਤ ਨੂੰ ਆਉਂਦੇ ਹਾਂ ਬਸ ਖੜੀ ਕਰ ਦਿੱਤਾ ਜੀ ਮੁਹੰਮਦ ਕਾਸਮ ਗੋੜੀ ਦੀ ਕੀ ਉਮਰ ਹੈ ਮੈਂ ਜਨ ਉਮਰ ਗੋੜੀ ਦੀ 6 ਸਾਲ ਦੀ ਮੂੰਹ ਪਾਟ ਵਾਲਾ ਤੇ ਇਹ ਵੇਖ ਲੈ ਸ਼ਰਾਫਾ ਦਾ ਗੋੜੀ ਚੈੱਕ ਕਰ ਪਰ ਚੈੱਕ ਕਰ
ਗਲਤ ਨਹੀਂ ਗੱਲ ਕਰਨੀ, ਇਹ ਐਟ ਕਾਲਕਾ ਹੀ ਚੈੱਕ ਕਰੋ। ਰੰਗ ਨੁਕਰਾ ਹੋ ਗਿਆ, ਚਾਂਦੀ ਨੁਕਰੀ ਜੀ, ਚਾਂਦੀ ਨੁਕਰੀ, ਚਾਂਦੀ ਨੁਕਰੀ। ਆ ਤੌਲੀ ਚਾੜੇ ਹੋਰ, ਬਾਕੀ ਜਿਹੜੀ ਘੋੜੀ ਦਾ ਸ਼ਰਾਫਤ ਹੈ ਉਹ ਆਪੇ ਵੇਖ ਲਾ, ਘੋੜੀ ਕਿਦਾਂ ਹੀ ਇੱਕ ਮਕਸਦ ਦੀ ਗੱਲ ਆਵੇ, ਵੇਖ ਲਾ ਸ਼ਰਾਫਤ ਚੜੀ ਦੀ ਸਾਫ਼ ਹੋ ਗਈ, ਬਾਲ ਚੜਾ ਛੋੜ ਇਹਦੇ, ਇਹਦੂ ਵੇਖ ਲਾ ਲੱਤ ਮਾਰ ਦੇਸੀ ਹੋਈ ਪੂਰੀ। ਇਹ ਕਿਹੜਿਆਂ ਚੋਂ ਹੈ ਬਾਈ ਜਾਨੇ? ਇਹ ਜਿਹੜੀ ਸਾਈਆਂ ਦਾ ਹੁਣ ਮੇਰੇ ਘਰ ਦੀਆਂ ਘੋੜੀਆਂ ਕਿਹ ਨਹੀਂ ਹੁੰਦੀਆਂ, ਮੇਰੀ ਮੁੱਲ ਖਰੀਦ ਜਿਹੜੀ ਸਾਈਆਂ ਗੱਲ ਕੀਤੀ ਹੈ ਨਾ, ਇਹ ਘੋੜੇ ਮੈਨੂੰ ਦੱਸਿਆ ਨੇ ਮਸਤਾਨੇ ਦੀ। ਅੱਛਾ, ਇਹ ਇੱਥੇ ਖਰੋਤਾ ਚੌਂਡ ਦੇ ਨਾਲ ਲੈਣਾ ਪੀਰ ਵਾਜੇ ਦੇ ਲਈ ਕੱਚੀਆਂ ਲਾਈ, ਇਹ ਉਸ ਕੋਲੇ ਘੋੜਾ ਹੀ ਉਸ ਦੀ ਦੱਸਦੇ ਆ, ਇਵੇਂ ਮਗਰੋਂ ਮੈਨੂੰ ਉਹਨਾਂ ਦੀ ਆਖ ਹੈ ਉਸ ਕੋਲੇ ਦੀ ਬੱਚੀ ਹੈ। ਤੇ ਇਹ ਦੱਸੀ ਵੀ ਖਾਲੀ ਹੈ ਜਾਂ ਗੱਬਣ ਹੈ ਘੋੜੀ? ਘੋੜਾ ਸਾਈਆਂ ਆਖਿਆ ਜਾਂ ਹੈਠ ਥਣ ਘਰ ਪੂਰਾ ਰਹਿ ਬੰਦੇ ਆਦੇ ਨੇ ਸ਼ਾਇਦ ਨਸ ਹੋਈ ਹੋਈ ਉਸ ਥਣੀਆਂ ਚੈੱਕ ਕਰਾ ਜਿਵੇਂ ਮਾਜ ਦੇ ਥਾਂ ਨੇ ਲਾਲ ਕਾ ਇੱਥੋਂ ਦੋ ਦਜਣ ਲਈ ਖਲੀਏ ਲਈ ਖਲੀਏ ਕੋਈ ਨਾ ਦੋ ਆ ਨਾ ਤਾਂ ਚੋ ਛੋੜੀਏ ਚੋ 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 ਇਹ ਜਾ ਆਈਦੇ 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 ਲਾਤ ਮਾਰ ਔਰ 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 ਇਹ ਪੜਾਈ ਦੇ ਇਹ ਆ ਨਾ ਇਹ ਇੱਕ ਮਨੇ ਇਹ ਆ ਜੇ ਆ ਚੈੱਕ ਕਰਾ ਆਈ ਲਾ ਆਏ ਪਿੱਛਾ ਬੱਚਾ ਛੱਡ ਕੇ ਆਈਏ ਆਈਦੇ 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 ਆ ਦੂਆ ਥਾਂ ਚੈੱਕ ਕਰਾ ਆ ਘੋੜੀ ਇਤਨੀ ਸ਼ਰੀਫ ਹੈ ਭਾਂ ਔਰ ਵੇ ਭਾਂ ਸ਼ਹਜ਼ਾਦ ਨੰਬਰਦਾਰ ਦੋ ਕਮੀ ਇਸ ਤਲਾ ਜਾ ਅੱਛਾ ਤੇ ਘੋੜਾ ਕ੍ਰਾਸ ਹੋਇਆ ਇਹਦੇ ਤੇ ਘੋੜਾ ਹਾਂ ਸਾਈ ਆਖਿਆ ਪਿੱਛੂ ਸੋਇ ਕਿਉਂ ਪਿੱਛੂ ਸੂਈ ਹੋਈ ਘੋੜੀ ਹੈ ਤੇਰੇ ਸਾਹਮਣੇ ਯਾਰ ਦੋ ਜਤਨ ਲੈ ਘੋੜੀ ਦੇ ਬਾਕੀ ਇਹ ਨਾ ਨਸੀਬ ਮੁਕਾ ਘੋੜਾ ਕਿਹੜਾ ਕ੍ਰਾਸ ਹੋਇਆ ਦੱਸਿਆ ਨੇ ਅਕਰਮ ਚੰਨ ਵਾਲਾ ਅਕਰਮ ਚੰਨ ਫਲ ਕੀ ਆ ਜਿਹੜਾ ਨੁਕਰਾਈ ਜੀ ਨੁਕਰਾਈ ਆ ਨੁਕਰੀ ਲਛੇਰੇ ਸਾਈਆਂ ਤਰੋੜ ਲੈ ਗਏ ਅੱਛਾ ਇਹ ਹੁਣ ਤੁਹਾਨੂੰ ਤਸੱਲੀ ਕਰਾ ਦਿੱਤੀ ਵੀ ਕਿ ਬੰਦੇ ਆ ਗਏ ਨਾ ਯਾਰ ਐਸ਼ਾ ਸੂਈ ਨਾ ਸੇ ਇਸੇ ਵਜ੍ਹਾ ਤੋਂ ਮੈਂ ਦੋ ਤੇ ਠਗੋੜੀ ਇਹ ਘੋੜੀ ਤੇ ਠੱਡਾ ਪਾਣੀ ਵਗੈਂਦਾ ਰਿਹਾ ਠੱਡਾ ਪਾਣੀ ਇਸ ਤੋਂ ਵਗੈਂਦਾ ਰਿਹਾ ਮੈਂ ਘੋੜੀ ਆਪਣਾ ਸਾੜੂ ਨਾ ਕਰ ਦਿਆ ਚੋਂਦਾ ਹੀ ਰਿਹਾ ਅੱਗੇ ਚੋ ਹੀ ਸਟੇਂਦਾ ਇਹ ਤਾਂ ਵਸ ਹੁਣ ਮੋੜ ਚੋਈਏ ਚ ਤੇ ਮੁਹੰਮਦ ਕਾਸਿਮ ਇਹ ਤਾਂ ਮੋਲ ਕੇ ਕਰਦਾ ਪਿਆ ਡਿਮਾਂਡ ਤਾਂ ਘੋੜੀ ਦੀ ਵਿਰਾ ਸਗੇ 10 ਲੱਖ ਕਰੇ ਨਾ ਪਿਆਰ ਮੁਹੱਬਤ ਜ਼ਰੂਰ ਕਰੇ ਸ ਇਨਸ਼ਾਅੱਲਾ ਅੱਲਾ ਦੇ ਹੁਕਮ ਅੱਛਾ ਫਾਈਨਲ ਜਿੱਥੇ ਘੋੜੀ ਮੈਂ ਦੇ ਛੜਨੀ ਹੈ ਬੰਦੇ ਪੁੱਛਦੇ ਨੇ ਯਾਰ ਮੁ ਕਿੱਥੇ ਦੇ ਫਾਈਨਲ ਘੋੜੀ ਹੈ 8.5 ਲੱਖ ਬਿਹਤਰ ਹੋ ਗਿਆ ਹਾਂ ਜੀ ਦੋਸਤੋ ਮੁਹੰਮਦ ਕਾਸਿਮ ਦੀ ਡਾਂਸਰ ਦੁਆਕ ਵਛੇਰੀ ਪਹਿਲੇ ਡਾਂਸ ਚੈੱਕ ਕਰੋ ਤੇ ਫਿਰ ਇਹਦੀ ਦੋਨੋਂ ਮਾਮਲਾ ਸਾਰੇ ਚੈੱਕ ਕਰਵਾਉਣੇ ਧਿਆਨ ਦਾ ਪੁੱਠਾ ਚੈੱਕ ਕਰਾ ਦੋ ਘੋੜੀ ਬਣ ਜਾ ਲੈ ਲੈ ਪੱਲਾ ਇੱਕ ਲੈ ਹੁਣ ਮੌਸਮ ਠੀਕ ਹੈ ਹੁਣ ਕੋਈ ਨਹੀਂ ਏਡਾ ਰੌਲਾ ਵਾਹ ਘੋੜੀ ਵਾਹ ਮੋੜ ਲਿਆ ਮੈਂ ਤਾਂ ਨਾ ਚੜ ਜਾ ਇਹਦੇ ਉੱਤੇ ਥਾਈ ਪਰਾਂ ਡਾਕ ਦੇ 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 ਡਾ
ਡੱਕ ਲੈ ਬਸ ਕਰ ਬਸ ਕਰ ਔਰ ਵੇਖ ਕਰਦੀ ਵੇਖ ਧਿਆਨ ਕੇ ਅਗਲੀ ਗੱਲਾਂ ਛੱਡ ਕੇ ਪੁੱਠੇ ਦਿਖਾ ਹਾਂਜੀ ਦੱਸੋ ਘੋੜੀ ਨੂੰ ਨਜ਼ਰ ਮਾਰਨੀ ਹੈ ਜਾਣ ਦਾ ਸੀਨਾ ਚੈੱਕ ਕਰਾ ਸੌਂਬ ਗਮਚੀ ਸੀਨਾ ਪੁੱਠਾ ਪੁੱਠਾ ਚੈੱਕ ਕਰਾ ਵਸੇ ਦੁੱਥੀ ਕੰਨ ਕਨੋਤੀ ਬੇਟੇ ਬਸ ਕਰ ਉਲਾਈਆਂ ਵਛੇਰ ਦੀ ਵਿਖਾ ਬਸ ਜੋੜ ਮੁੱਠੇ ਲਾਤੂ ਕਾਹਨੂੰ ਬਿਆਨ ਨਿਕਲੀ ਚੜਿਆ ਚੜਾ ਕੋਈ ਨੀ ਚੜਾ ਦੇ ਬਿਆਨ ਬਣੀ ਹੋਈ ਹੈ ਤੁਸੀਂ ਮੈਂ ਚੜ ਜਾਣਾ ਨਿਕਲੀ ਹੋਈ ਹੈ ਚੜਨ ਦੇ ਵੈਸੇ ਕੋਈ ਨੀ ਬਸ ਐਵੇਂ ਨਿਸ਼ਾਨ ਦੇ ਹੀ ਅਸਰ ਕਰਨੀ ਹੁੰਦੀ ਹੋਰ ਕਿਹੜਾ ਵੇ ਬਸ਼ੇਰੀ ਤੋਂ ਪਰਤੂਤ ਹੈ ਹਾਂ ਨਹੀਂ ਮਾਸ਼ਾਅੱਲਾ ਸੋਹਣੀ ਡਬਲ ਬਾਡੀ ਹਟਾ ਲਿਆ ਬੈਦਾ ਬੈਦਾ ਦੂੜਾ ਚੈੱਕ ਕਰ ਲੈਣੀ ਜੀ ਅਮਰ ਕਾਸਮ ਘੋੜੀ ਦੀ ਕੀ ਉਮਰ ਹੈ ਭਾਈ ਉਮਰ ਦੁਆ ਕੇ ਛੇ ਮੂੰਹ ਪੱਟੀ ਵਾਲਾ ਇਹਦਾ ਚੈੱਕ ਗਲਤ ਨਹੀਂ ਗੱਲ ਕਰੀ ਪੈਸੇ ਦੀ ਰੰਗ ਚੰਬੀ ਗਰੜੀ ਜ਼ੁੱਲੇ ਲਗਰਾਣੇ ਵਾਲੇ ਘੋੜੇ ਦੀ ਬੱਚੀ ਹੈ ਗਰੰਟੀ ਨਾਲ ਕੀ ਆਨਾ ਵੇ ਨੁਕਰਾ ਸੂਸੀ ਇਹ ਭਾਈ ਜਾਨ ਗਰੰਟੀ ਨਾਲ ਜ਼ੁੱਲੇ ਵਾਲੇ ਦੀ ਹੈ ਜ਼ੁੱਲੇ ਲਗਰਾਣੇ ਵਾਲੇ ਘੋੜੇ ਲਿਆਣ ਦੀ ਚਾਲਾਂ ਹੈ ਬਸ ਡਾਕ ਨੁਕਰੀਆਂ ਵੀ ਨੁਕਰਾ ਸੁਣੀਆਂ ਤੇ ਇਹ ਜੀਆਂ ਚੰਬੀਆਂ ਵੀ ਨੁਕਰਾ ਸੁਣੀਆਂ ਨਾਲੇ ਨਹੀਂ ਗੱਲ ਸੁਣਨਾ ਚੰਗੇ ਨਸਲ ਚੰਗੀ ਹਾਂ ਘੋੜਾ ਪਾਉਣ ਨਾਮੇ ਨੇਟ ਘੋੜਾ ਹਾਂ ਉਹਦੀ ਵੱਡੀ ਨਿਸ਼ਾਨੀ ਇਹ ਹੁੰਦੀ ਹੈ ਬਈ ਸਗੇ ਆ ਵੇ ਤਾਂ ਪਿਆ ਆ ਵੱਡੀ ਨਿਸ਼ਾਨੀ ਇਸ ਲਈ ਮਾਪੀ ਵਛੇਰੀ ਕਰੰਟ ਚੰਗੀ ਹੈ ਮਹਤ ਕਾਸਮ ਘੋੜਾ ਤਾਂ ਨਹੀਂ ਕ੍ਰਾਸ ਹੋਇਆ ਬਈ ਜਨ ਜਾਂ ਵਛੇਰੀ ਦਾ ਕੋਈ ਕ੍ਰਾਸ ਨਹੀਂ ਹੋਇਆ ਅੱਛਾ ਜੁੱਲੇ ਨਰਗਾਣੇ ਵਾਲੇ ਜੂ ਹਾਂ ਕਾਦ ਵਧਾਈ ਸੀ ਆਲੇ ਭਜਨ ਕਾਦ ਨੇ ਦੁਆਕ ਬਿਆਨ ਹੈ ਜਨਾਬ ਤੇ ਅੱਛਾ ਵੱਡੀ ਗੋੜੀ ਪੜਨੀ ਹੈ ਜੀ ਇਹ ਚਾਲਾਂ ਵੇਖਿਆ ਨਹੀਂ ਅੱਛਾ ਚਲੋ ਮਾਸ਼ਾਅੱਲਾ ਮੁਹੰਮਦ ਕਾਸਮ ਮੋਲੇ ਦਾ ਕੀ ਕਰਦਾ ਮੈਂ ਡਿਮਾਂਡ ਭਜਨ ਦੀ ਡਿਮਾਂਡ ਦਾ ਹੈ ਫਾਈਨਲ ਜਿੱਥੇ ਬਿਆਨ ਦੇ ਸੁਣਨੀ 9 ਲੱਖ ਅੱਛਾ ਪਿਆਰ ਮਬਾ ਜ਼ਰੂਰ ਕਰੇ ਸੀ ਚਲੋ ਲੇਕਿਨ ਜਿਹੜਾ ਸਮਝਣ ਵਾਲਾ ਉਸ ਜਦਮ ਤੱਕਣੀ ਹੈ ਇਹ ਸ਼ੌਕ ਇਹ ਗੱਲ ਹਾਂਜੀ ਦੋਸਤੋ ਗੋੜੀਆਂ ਤੁਸੀਂ ਦੋਵੇਂ ਵੇਖ ਲਈਆਂ ਡਿਟੇਲਾਂ ਸਾਰੀਆਂ ਦੋਸਤਾਂ ਨਾਲ ਸ਼ੇਅਰ ਹੋ ਗਈਆਂ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਦੇਣਾ ਇਹਦੇ ਨਾਲ ਆਪਣੇ ਵੀਰ ਸਗੀਰ ਅਬਾਸ ਨੂੰ ਦਿਓ ਇਜਾਜ਼ਤ ਰੱਬ